ਜੀ ਗੱਲ ਕੀਤੀ ਜਾਵੇ ਰਿਸ਼ਤਿਆਂ ਦੀ ਰਿਸ਼ਤੇ ਬਹੁਤ ਜ਼ਿਆਦਾ ਜਿਹੜੇ ਆ ਭਾਵੁਕ ਹੁੰਦੇ ਨੇ ਤੇ ਬਹੁਤ ਜ਼ਿਆਦਾ ਇਸ ਸਮੇਂ ਲਈ ਜ਼ਰੂਰੀ ਹੁੰਦੇ ਨੇ ਪਰ ਕਿਤੇ ਨਹੀਂ ਕਿਤੇ ਅੱਜ ਸਾਡੇ ਨਾਲ ਇੱਕ ਇਦਾਂ ਦਾ ਰਿਸ਼ਤਾ ਮੌਜੂਦ ਨੇ ਮਾਮਾ ਭਾਣ ਜੀ ਪਰ ਪਿਆਰ ਇੰਨਾ ਆ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆਪਣੀ ਭਾਣ ਜੀ ਨਾਲ ਇੰਨਾ ਜ਼ਿਆਦਾ ਤੁਹਾਡਾ ਪਿਆਰ ਬਣਿਆ ਹੋਇਆ ਇਹ ਸਿਰਫ ਵੀਡੀਓ 'ਚ ਦੇਖਣ ਨੂੰ ਮਿਲਦਾ ਹੈ ਕਿ ਸੱਚ ਦੇ ਵਿੱਚ ਇੰਨਾ ਪਿਆਰ ਨਹੀਂ ਨਹੀਂ ਮੈਂ ਉਹਦਾ ਵੀ ਨਾ ਬਹੁਤ ਪਿਆਰ ਕਰਦਾ ਕਿਉਂਕਿ ਸਾਡੇ ਘਰ 'ਚ ਪਹਿਲਾ ਬੱਚਾ ਸੀਗਾ ਮਤਲਬ ਇਦਾਂ ਤੇ ਤੁਹਾਨੂੰ ਪਤਾ ਹੀ ਇਹ ਕੁੜੀਆਂ ਸਾਰੇ ਸਾਰੇ ਤਾਂ ਪਿਆਰ ਲੈਂਦੀਆਂ ਤਾਂ ਕਰਕੇ ਇਹ लाਡਲੀ ਆ ਸਾਡੀ ਨਾਨਕੇ ਦਾਦਕੇ ਸਰਵ ਦੀ लाਡਲੀ ਆ ਇਹ ਵੀਡੀਓ ਬਣਾਉਣੇ ਬਹੁਤ ਜ਼ਿਆਦਾ ਵਾਇਰਲ ਹੋ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਪਸੰਦ ਕਰਦੇ ਨੇ ਤੁਹਾਡੀ ਜੋੜੀ ਨੂੰ ਬਹੁਤ ਜ਼ਿਆਦਾ ਨਾਮ ਵੀ ਦਿੱਤੇ ਗਏ ਨੇ ਤੇ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਹੈ ਜਦੋਂ ਮਤਲਬ ਇੱਕ ਪ੍ਰਾਊਡ ਜਿਹਾ ਫੀਲ ਹੁੰਦਾ ਹੈ ਕਿ ਹਾਂ ਵੀ ਅਸੀਂ ਕੋਈ ਵਧੀਆ ਕੰਮ ਕਰ ਰਹੇ ਹਾਂ ਜਦੋਂ ਕੋਈ ਸਾਨੂੰ ਮਿਲਦਾ ਜਦੋਂ ਕਿਤੇ ਬਾਹਰ ਜਾਈਏ ਲੋਕੀ ਰੋਕ ਲੈਂਦੇ ਹਾਂ ਜੀ ਤੁਸੀਂ ਵੀਡੀਓ ਬਣਾਉਂਦੇ ਹੋ ਹਾਂਜੀ ਸਾਨੂੰ ਬਹੁਤ ਵਧੀਆ ਲੱਗਦੀਆਂ ਵਾ ਫਿਰ ਨਵਿਆਂ ਨੂੰ ਪਿਆਰ ਕਰਦੇ ਨੇ ਸਭ ਬਹੁਤ ਵਧੀਆ ਲੱਗਦਾ ਪਹਿਲੀ ਵੀਡੀਓ ਕਦੋਂ ਬਣਾਣੀ ਸਟਾਰਟ ਕੀਤੀ ਤੇ ਕੀ ਸੋਚ ਕੇ ਬਣਾਣੀ ਸਟਾਰਟ ਅਸੀਂ ਐਕਚੁਅਲੀ ਉਦ ਦੀ ਬਸ ਨਵਿਆ ਕਿ ਤੁਹਾਨੂੰ ਸਟਾਰਟਿੰਗ ਚ ਹੀ ਤਿਆਰ ਸੀਗੀ ਇਹ ਇਹ ਸਾਲ ਦੀ ਬੋਲ ਲੱਗ ਗਈ ਸੀ ਤੇ ਜਦੋਂ ਉਧਰੋਂ ਟਿਕਟੋਕ ਦਾ ਟ੍ਰੈਂਡ ਚੱਲਦਾ ਵਿਆ ਸੀਗਾ ਅਸੀਂ ਉਦ ਦੀ ਬਸ ਵੱਟ ਵੱਟੀ ਵੀਡੀਓ ਬਣਾ ਲਈ ਸੀਗਾ ਚੱਲ ਬਣਾ ਕੇ ਦੇਖ ਲੈਨੇ ਹਨਾ ਤੇ ਅਸੀਂ ਜਿੱਦਾਂ ਹੀ ਪੋਸਟ ਕੀਤੀ ਵੀਡੀਓ ਉਹ ਥੋੜੇ ਕੇ ਟਾਈਮ ਬਾਅਦ ਵਾਇਰਲ ਹੋਣ ਲੱਗ ਗਈ ਉਸ ਵਾਰ ਫੇ ਅਸੀਂ ਸਟਾਰਟ ਹੀ ਕਰਤਾ ਕਿ ਅਸੀਂ ਕਿ ਨਹੀਂ ਵੀ ਵਧੀਆ ਮਤਲਬ ਰੈਗੂਲਰ ਹੋਣਾ ਹੁਣ अच्छा डायलॉग्स होती याद कर लंदे हो वे कित्ता याद कित्ता बोलना है किधर रिएक्शन देना है पूरा एक्शन भी देंदे दें हो याद का हो जाते नहीं हु, हां जी ਔਖ ਲੱਗਦਾ ਉਸੇ ਥੋੜਾ ਜਿਹਾ ਨਹੀਂ ਥੋੜਾ ਜਿਹਾ ਤਾਂ ਲੱਗਦਾ ਹੁੰਦਾ ਹੂੰ ਹਾਂ ਥੋੜਾ ਜਿਹਾ ਲੱਗਦਾ ਹੈ ਨਾ ਹੂੰ ਇੰਜੋ ਤੇ اچھا ਇੱਕ ਗੱਲ ਦੱਸੋ ਤੁਸੀਂ मामू ਨੂੰ ਕਿੰਨਾ ਪਿਆਰ ਕਰਦੇ ਬਹੁਤ ਸਾਰਾ ਬਹੁਤ ਸਾਰਾ ਪਿਆਰ ਕਰਦਾ ਜੁਜ਼ੇਰ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚੋਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚੋਂ ਹੈ ਨਾ ਨਵਿਆ ਨਾਲ ਕਿੰਨਾ ਸਮਝਾਣਾ ਇਹਨੂੰ ਔਖਾ ਹੁੰਦਾ ਕਿਉਂਕਿ ਇੱਕ ਐਕਟਿੰਗ ਬਹੁਤ ਔਕੀ ਹੁੰਦੀ ਹੈ ਕਹਿਣਾ ਬਹੁਤ ਔਖਾ ਹੁੰਦਾ ਕਿ ਇਦਾਂ ਕਰਨਾ ਉਦਾਂ ਹੀ ਕਰਨਾ ਹੈ ਪਰ ਬਹੁਤ ਜ਼ਿਆਦਾ ਔਖਾ ਹੁੰਦਾ ਉਹਦੀ ਲਿਪਸਿੰਗ ਕਰਨੀ ਹਰ ਚੀਜ਼ ਬਹੁਤ ਵਧੀਆ ਤਰੀਕੇ ਨਾਲ ਕਰਦੀ ਉਹ ਪ੍ਰੋਪਰ ਤਰੀਕੇ ਨਾਲ ਕਿੰਨਾ ਔਖਾ ਹੁੰਦਾ ਇਹਨਾਂ ਇਹਨਾਂ ਤਾਂ ਵੈਸੇ ਮੈਨੂੰ ਬਿਲਕੁਲ ਬਹੁਤ ਘੱਟ ਟਾਈਮ ਲੱਗਦਾ ਸਾਨੂੰ ਵੀਡੀਓ ਬਣਾਉਣ ਲਈ ਤੇ ਨਾ ਮੈਨੂੰ ਔਖਾ ਲੱਗਦਾ ਸਿਰਫ ਬਸ ਇੱਕ ਵਾਰੀ ਕਹਿਣਾ ਹੁੰਦਾ ਕਿ ਨਵਿਆ ਪਾ ਵਾਲੀ ਵੀਡੀਓ ਬ بس ਇਹਨੇ ਗਣਾ ਠੀਕ ਮਮੂ ਕੋ ਇਹਨੇ ਬਣਾ ਲਉਂਗੀ the city headlines ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ नेहा ਮਲਿਕ ਸਵਾਗਤ ਕਰਦੀ ਆ ਅੱਜਕੱਲ ਜੇ ਗੱਲ ਕੀਤੀ ਜਾਵੇ ਰਿਸ਼ਤਿਆਂ ਦੀ ਰਿਸ਼ਤੇ ਬਹੁਤ ਜ਼ਿਆਦਾ ਜਿਹੜੇ ਆ ਭਾਵੁਕ ਹੁੰਦੇ ਨੇ ਤੇ ਬਹੁਤ ਜ਼ਿਆਦਾ ਇਸ ਸਾਲ ਲਈ ਜ਼ਰੂਰੀ ਹੁੰਦੇ ਨੇ ਪਰ ਕਿਤਨੇ ਕਿਤੇ ਅੱਜ ਸਾਡੇ ਨਾਲ ਇੱਕ ਇਦਾਂ ਦਾ ਰਿਸ਼ਤਾ ਮੌਜੂਦ ਨੇ ਮਾਮਾ ਭਾਣ ਜੀ ਪਰ ਪਿਆਰ ਇੰਨਾ ਆ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਜਾਣਦੇ ਨੇ ਅੱਜ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੇ ਪੁੱਛਾਂਗੇ ਵੀਡੀਓਜ਼ ਬਣਾ ਰਹੇ ਨੇ ਲੋਕਾਂ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਤੇ ਛੋਟੇ ਜੀ ਨਵਿਆ ਵੀ ਅੱਜ ਸਾਡੇ ਨਾਲ ਮੌਜੂਦ ਹੈ ਆਪਾਂ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਦੱਸਾਂਗੇ ਨਵਿਆ ਨੂੰ ਕੀ ਕੀ ਚੀਜ਼ਾਂ ਪਸੰਦ ਨੇ ਤੇ ਕਿਹੜੇ ਕਿਹੜੇ ਕਿਉਂ ਐਕਟਿੰਗ ਦਾ ਕਿਵੇਂ ਸ਼ੌਕ ਪਿਆ ਤਾਂ ਆਈਏ ਉਹਨਾਂ ਨਾਲ ਗੱਲ ਕਰਦੇ ਹੈਲੋ ਹੈਲੋ ਕਿਵੇਂ ਹੋ ਠੀਕ ਠੀਕ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਤੁਸੀਂ ਫਸਟ ਫਸਟ ਕਲਾਸ ਦੇ ਵਿੱਚ ਪੜਦੇ ਹੋ ਅੱਛਾ ਅਜ ਆਪਣੇ ਸਕੂਲ ਦੇ ਵਿੱਚ ਜਾਂਦੇ ਹੋ ਕਿਹੜੇ ਸਕੂਲ ਦੇ ਵਿੱਚ ਜਾਂਦੇ ਹੋ ਰਿਤੰਬਰਾ ਪਬਲਿਕ ਸਕੂਲ ਓਕੇ ਤੇ ਵਧੀਆ ਲੱਗਦਾ ਜਦੋਂ ਲੋ ਤੁਹਾਡੇ ਨਾਲ ਦੇ ਬੱਚੇ ਆਂਦੇ ਨੇ ਤੇ ਕਹਿੰਦੇ ਨੇ ਮੈਂ ਤੁਹਾਨੂੰ ਮੋਬਾਈਲ ਦੇ ਵਿੱਚ ਦੇਖਿਆ ਸੀਗਾ ਮੈਂ ਤੁਹਾਨੂੰ ਟੀਵੀ ਦੇ ਵਿੱਚ ਦੇਖਿਆ ਸੀਗਾ ਹਾਂਜੀ ਮੇਰੀ ਫਰੈਂਡਸ ਕਹਿੰਦੀ ਆਵਾ ਮੈਂ ਤੇਰੀ ਵੀਡੀਓ ਦੇਖੀ ਸੀ ਇਦਾਂ ਅੱਛਾ ਵਧੀਆ ਲੱਗਦਾ ਵਸ ਸੁਣ ਕੇ ਹਾਂ ਅੱਛਾ ਤੁਹਾਡੀ ਹੌਬੀਜ਼ ਕੀ ਕੀ ਨੇ ਕੀ ਪਸੰਦ ਤੁਹਾਨੂੰ ਮੈਨੂੰ ਸਟੇਸ਼ਨਰੀ ਪਸੰਦ ਆ ਅ ਅ ਔਰ ਲਿਪਸਟਿਕ ਪਸੰਦ ਹੈ ਯੈਸ ਲਿਪਸਟਿਕ ਪਸੰਦ ਹੈ ਹਾਂਜੀ ਕਿੰਨੀ ਕਰ ਲਿਪਸਟਿਕ ਪਸੰਦ ਹੈ ਥੋੜੀ ਮੋਟੀ ਥੋੜੀ ਮੋਟੀ ਪਸੰਦ ਹੈ ਓਕੇ ਤੇ ਪਹਿਲਾਂ ਨਾਲ ਦੇ ਨਾਲ ਅਸੀਂ ਨਵਿਆ ਦੇ ਮਾਮਾ ਜੀ ਨਾਲ ਵੀ ਗੱਲ ਕਰਾਂਗੇ ਰੋਹਿਤ ਗਿਲਨਾ ਫਿਰ ਆਪਾਂ ਫਿਰ ਨਵਿਆ ਤੇ ਗੱਲ ਕਰਾਂਗੇ ਸਸ਼ੀ ਕਾਲ ਜੀ ਸਸ਼ੀ ਕਾਲ ਜੀ ਕੀ ਹਾਲ ਚਾਲ ਹੈ ਸਰ ਵਧੀਆ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆਪਣੀ ਭਾਂਜੀ ਨਾਲ ਇੰਨਾ ਜ਼ਿਆਦਾ ਤੁਹਾਡਾ ਪਿਆਰ ਬਣਿਆ ਹੋਇਆ ਇਹ ਸਿਰਫ ਵੀਡੀਓ 'ਚ ਦੇਖਣ ਨੂੰ ਮਿਲਦਾ ਹੈ ਕਿ ਸੱਚ ਦੇ ਵਿੱਚ ਇੰਨਾ ਪਿਆਰ ਕਰਦੇ ਹੋ ਨਹੀਂ ਨਹੀਂ ਮੈਂ ਉਹਦਾ ਵੀ ਨਾ ਬਹੁਤ ਪਿਆਰ ਕਰਦਾ ਕਿਉਂਕਿ ਸਾਡੇ ਘਰ 'ਚ ਪਹਿਲਾ ਬੱਚਾ ਸੀਗਾ ਮਤਲਬ ਇਦਾਂ ਤੇ ਤੁਹਾਨੂੰ ਪਤਾ ਹੀ ਹੈ ਕੁੜੀਆਂ ਸਾਰੇ ਸਾਰੇ ਤੋਂ ਪਿਆਰ ਲੈਂਦੀਆਂ ਤਾਂ ਕਰਕੇ ਇਹ लाਡਲੀ ਹੈ ਸਾਡੀ लाਡਲੀ ਨਾਨਕੇ ਦਾਦਕੇ ਸਰਵ ਦੀ ਲਾਡਲੀ ਹੈ ਅੱਛਾ ਤੁਸੀਂ ਵੀਡੀਓ ਬਣਾਉਣੇ ਬਹੁਤ ਜ਼ਿਆਦਾ ਵਾਇਰਲ ਹੋ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਪਸੰਦ ਕਰਦੇ ਨੇ ਤੁਹਾਡੀ ਜੋੜੀ ਨੂੰ ਬਹੁਤ ਜ਼ਿਆਦਾ ਨਾਮ ਵੀ ਦਿੱਤੇ ਗਏ ਨੇ ਤੇ ਕਿੱਦਾਂ ਦਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਜਦੋਂ ਮਤਲਬ ਇੱਕ ਪ੍ਰਾਊਡ ਜਿਹਾ ਫੀਲ ਹੁੰਦਾ ਹੈ ਕਿ ਹਾਂ ਵੀ ਅਸੀਂ ਕੋਈ ਵਧੀਆ ਕੰਮ ਕਰ ਰਹੇ ਹਾਂ ਜਦੋਂ ਕੋਈ ਸਾਨੂੰ ਮਿਲਦਾ ਜਦੋਂ ਕਿਤੇ ਬਾਹਰ ਜਾਈਏ ਲੋਕੀ ਰੋਕ ਰੋਕ ਲੈਂਦੇ ਹਾਂ ਜੀ ਤੁਸੀਂ ਵੀਡੀਓ ਬਣਾਉਨੇ ਹੋ ਹਾਂ ਜੀ ਸਾਨੂੰ ਬਹੁਤ ਵਧੀਆ ਲੱਗਦੀਆਂ ਵਾ ਫਿਰ ਨਵਿਆਂ ਨੂੰ ਪਿਆਰ ਕਰਦੇ ਨੇ ਸਭ ਬਹੁਤ ਵਧੀਆ ਲੱਗਦਾ ਬਹੁਤ ਤੇ ਪਹਿਲੀ ਵੀਡੀਓ ਕਦੋਂ ਬਣਾਣੀ ਸਟਾਰਟ ਕੀਤੀ ਤੇ ਕੀ ਸੋਚ ਕੇ ਬਣਾਣੀ ਸਟਾਰਟ ਅਸੀਂ ਐਕਚੁਅਲੀ ਉੱਦੀ ਬਸ ਨਵਿਆ ਕਿਉਂਕਿ ਤੁਹਾਨੂੰ ਸਟਾਰਟਿੰਗ ਚ ਹੀ ਤਿਆਰ ਸੀਗੀ ਇਹ ਇਹ ਸਾਲ ਦੀ ਬੋਲਣ ਲੱਗ ਗਈ ਸੀ ਤੇ ਜਦੋਂ ਉਧਰੋਂ ਟਿਕਟੋਕ ਦਾ ਟ੍ਰੈਂਡ ਚੱਲਦਾ ਵਿਆ ਸੀਗਾ ਅਸੀਂ ਉੱਦੀ ਬਸ ਵਿੱਟ ਵਿੱਟੀ ਵੀਡੀਓ ਬਣਾ ਲਈ ਸੀਗਾ ਚੱਲ ਬਣਾ ਕੇ ਦੇਖ ਲੈਨੇ ਹਨਾ ਤੇ ਅਸੀਂ ਜਿੱਦਾਂ ਹੀ ਪੋਸਟ ਕੀਤੀ ਵੀਡੀਓ ਉਹ ਥੋੜੇ ਕਿ ਟਾਈਮ ਬਾਅਦ ਵਾਇਰਲ ਹੋਣ ਲੱਗ ਗਈ ਉਸ ਵਾਫੇ ਅਸੀਂ ਸਟਾਰਟ ਹੀ ਕਰਤਾ ਕਿ ਅਸੀਂ ਕਿ ਨਹੀਂ ਵੀ ਵਧੀਆ ਮਤਲਬ ਹੁਣ ਰੈਗੂਲਰ ਹੋਣਾ ਹੁਣ ਤੇ ਹੁਣ ਤੁਸੀਂ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚੋਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚੋਂ ਹੈ ਨਾ ਨਵਿਆ ਨਾਲ ਕਿੰਨਾ ਸਮਝਾਣਾ ਇਹਨੂੰ ਔਖਾ ਹੁੰਦਾ ਕਿਉਂਕਿ ਇੱਕ ਐਕਟਿੰਗ ਬਹੁਤ ਔਖੀ ਹੁੰਦੀ ਹੈ ਕਹਿਣਾ ਬਹੁਤ ਔਖਾ ਹੁੰਦਾ ਕਿ ਇਦਾਂ ਕਰਨਾ ਉਦਾਂ ਹੀ ਕਰਨਾ ਆ ਪਰ ਬਹੁਤ ਜ਼ਿਆਦਾ ਔਖਾ ਹੁੰਦਾ ਉਹਦੀ ਲਿਪਸਿੰਗ ਕਰਨੀ ਹਰ ਚੀਜ਼ ਬਹੁਤ ਵਧੀਆ ਤਰੀਕੇ ਨਾਲ ਕਰਦੀ ਉਹ ਪ੍ਰੋਪਰ ਤਰੀਕੇ ਨਾਲ ਕਿੰਨਾ ਔਖਾ ਹੁੰਦਾ ਇਹਨਾਂ ਇਹਦੇ ਨਾਲ ਇਹਦੇ ਨਾਲ ਤਾਂ ਵੈਸੇ ਮੈਨੂੰ ਬਿਲਕੁਲ ਬਹੁਤ ਘੱਟ ਟਾਈਮ ਲੱਗਦਾ ਸਾਨੂੰ ਵੀਡੀਓ ਬਣਾਣ ਲਈ ਤੇ ਨਾ ਮੈਨੂੰ ਓੱਖਾ ਲਾਦਾ ਸਿਰਫ ਬਸ ਇੱਕ ਵਾਰੀ ਕਹਿਣਾ ਹੁੰਦਾ ਕਿ ਨਵੇਂ ਆ ਪਾ ਵਾਲੀ ਵੀਡੀਓ ਬਣਾਉਣੀ ਆ ਬਸ ਇਹਨੇ ਕਹਿੰਦਾ ਠੀਕ ਆ ਮਾਮੂ ਕੋਈ ਨਹੀਂ ਮੈਂ ਬਣਾ ਲੂੰਗੀ ਜੇ ਕੋਈ ਡਾਂਸ ਦੇ ਕੋਈ ਸਟੈਪ ਹੋਵੇ ਤਾਂ ਬਸ ਉਹ ਵੀ ਹਲਕਾ ਜਿਹਾ ਦੱਸਣਾ ਮੈਂ ਨਵੇਂ ਇਦਾਂ ਨਹੀਂ ਇਦਾਂ ਕਰਨਾ ਵਾ ਉਹ ਇੰਨਾ ਕ ਮਾਈਂਡ ਦਾ ਸ਼ਾਰਪ ਆ ਕਿ ਯਾਦ ਰੱਖਦੀ ਆ ਕਿ ਨਹੀਂ ਮੈਂ ਇਸ ਆ ਵਾਲੀ ਲਾਈਨ ਤੇ ਆ ਚੀਜ਼ ਕਰਨੀ ਕਰਨੀ ਆ ਬਹੁਤ ਜ਼ਿਆਦਾ ਤਾਰੀਫ ਹੋ ਰਹੀ ਹੈ ਨਵੇਂ ਬਹੁਤ ਜ਼ਿਆਦਾ ਖੁਸ਼ ਹੋ ਰਹੀ ਹੈ ਹੈ ਨਾ ਮੈਂ ਯੈਸ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਅੱਛਾ ਅੱਛਾ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ ਡਾਕਟਰ ਡਾਕਟਰ ਬੰਨਾ ਅੱਜ ਕਿਹੜਾ ਡਾਕਟਰ ਬੰਨਾ ਹੈ ਦੰਦਾਲਾ ਦੰਦਾਲਾ ਕਿਉਂ ਬੰਨਾ ਹੈ ਕਿਉਂਕਿ ਮੇਰੇ ਦੰਦ ਕੀੜੇ ਲੱਗੇ ਆ ਉਹ ਫੀਟ ਅੱਛਾ ਤੁਹਾਨੂੰ ਐਕਟਿੰਗ ਕਰਨੀ ਪਸੰਦ ਹੈਗੀ ਹਾਂਜੀ ਅੱਛਾ ਐਕਟਿੰਗ ਪਸੰਦ ਆ ਤੇ ਵੱਡੇ ਓਕੇ ਤੁਸੀਂ ਡਾਕਟਰ ਬੰਨਾ ਐ ਐਕਟਿੰਗ ਦੇ ਵਿੱਚ ਕਿਹੜੀ ਕਿਹੜੀ ਵੀਡੀਓ ਜਿਹੜੀ ਤੁਹਾਡੀ ਸਭ ਤੋਂ ਜ਼ਿਆਦਾ ਫੇਵਰਿਟ ਰਹੀ ਹੋਵੇ ਮਿਸ਼ਰੀ ਵਾਲੀ ਮਿਸ਼ਰੀ ਵਾਲੀ ਅੱਛਾ ਥੋੜਾ ਜਿਹਾ ਕਰਕੇ ਦਿਖਾਵਾਂਗੇ ਕਿੱਤਾ ਕਿੱਤਾ ਸੀਗਾ ਚਲੋ ਚਲੋ ਗੋਲੂ ਗੋਲੂ ਮਿਸ਼ਰੀ ਤੂੰ ਹਾਂ ਮੇਕਅਪ ਦਸਮਾਨ ਦੇਖਾਈ ਲੈ ਤੈਨੂੰ ਮੇਕਅਪ ਦੀ ਕੀ ਲੋੜ ਆ ਤੂੰ ਤਾਂ ਪਹਿਲਾਂ ਹੀ ਇੰਨੀ ਸੋਹਣੀ ਆ ਸਾਰੇ ਮੁੰਡੇ ਕਹਿੰਦੇ ਮੈਨੂੰ ਪੋਰਾ ਨਹੀਂ ਸਹਿ ਹੈਗੀ ਤੂੰ ਲੈ ਤੈਨੂੰ ਇਸ ਗੱਲ ਤੇ ਮਾਨ ਹਾਲੀ ਦਾ ਕੇਸ ਕਰਨਾ ਚਾਹੀਦਾ ਹੈ ਕੀ ਬਾਤ ਹੈ ਕੀ ਬਾਤ ਹੈ ਅੱਛਾ ਇਹ ਡਾਇਲੋਗਸ ਹੋਤੀ ਯਾਦ ਕਰ ਲੈਂਦੇ ਹਾਂ ਵੀ ਕਿੱਦਾਂ ਯਾਦ ਕਿੱਦਾਂ ਬੋਲਣਾ ਆ ਕਿੱਦਾਂ ਰਿਐਕਸ਼ਨ ਦੇਣਾ ਪੂਰਾ ਐਕਸ਼ਨ ਵੀ ਦਿੰਦੇ ਹਾਂ ਯਾਦ ਕਾ ਹੋ ਜਾਂਦੇ ਨੇ ਹਾਂਜੀ ਔਖ ਲੱਗਦਾ ਹੈ ਬਸ ਥੋੜਾ ਜਿਹਾ ਨਹੀਂ ਥੋੜਾ ਜਿਹਾ ਤਾਂ ਲੱਗਦਾ ਹੋਣਾ ਹਾਂ ਹਾਂ ਥੋੜਾ ਜਿਹਾ ਲੱਗਦਾ ਹੈ ਹਨਾ ਹਾਂਜੀ ਤੇ ਅੱਛਾ ਇੱਕ ਗੱਲ ਦੱਸੋ ਤੁਸੀਂ मामू ਨੂੰ ਕਿੰਨਾ ਪਿਆਰ ਕਰਦੇ ਹੋ ਬਹੁਤ ਸਾਰਾ ਬਹੁਤ ਸਾਰਾ ਪਿਆਰ ਕਰਦੇ ਅੱਛਾ ਜੇ मामू ਨੂੰ ਕੋਈ ਗਿਫਟ ਦੇਣਾ ਹੋਵੇ ਜਾਂ ਫਿਰ ਕੁਝ ਕਹਿਣਾ ਹੋਵੇ ਕੀ ਕਹੋਗੇ मामू ਅਸੀਂ ਗਿਫਟ ਜੀ ਕੀ ਦੇਵਾਂਗੇ मामू ਨੂੰ मामू ਨੂੰ ਆਈਫੋਨ ਆਈਫੋਨ ਪਰ मामू ਕੋਲ ਤਾਂ ਆਲਰੇਡੀ ਆਈਫੋਨ ਆ ਕੋਈ ਨਾ मामू ਤਾਂ ਟੈਨ ਫੋਨ ਹੋ ਜੁਗਏ मामू ਦੇ ਇੱਕ ਪਹਿਲਾ ਵੀ ਹੈਗਾ ਇੱਕ ਹੈਗਾ ਵਾ ਇੱਕ ਮੈਂ ਗਿਫਟ ਕਰ ਦੂੰਗੀ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਰਹੀ ਜੀ ਤੁਹਾਨੂੰ ਤੇ ਸਟਾਰਟਿੰਗ ਵੀ ਤੁਸੀਂ ਇੰਨਾ ਤੋਂ ਕੀਤੀ ਹੈ ਬਹੁਤ ਜ਼ਿਆਦਾ ਅੱਗੇ ਵੀ ਫੇਮਸ ਹੋਵੋਗੇ ਅਸੀਂ ਇਹੀ ਚਾਹਾਂਗੇ ਅੱਛਾ ਵਿੱਚ ਨਾ ਤੁਸੀਂ ਰੋਕਤਾ ਸੀਗਾ ਤੁਸੀਂ ਵਿੱਚ ਆਪਣੀ ਵੀਡੀਓਜ਼ ਨਹੀਂ ਪਾ ਰਹੇ ਸੀਗੇ ਲੋਕਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਵੀ ਜਤਾਈ ਹੈ ਵੀ ਤੁਸੀਂ ਵੀਡੀਓ ਨਹੀਂ ਪਾ ਰਹੇ ਕਿਉਂਕਿ ਹਰ ਕੋਈ ਜਾਣਦਾ ਵੀ ਹੈ ਨਾ ਵਧੀਆ-ਵਧੀਆ ਕੰਟੈਂਟ ਮਿਲੇ ਬਹੁਤ ਵਧੀਆ ਤੁਸੀਂ ਲੋਕ ਤੁਹਾਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਉਹ ਵਿੱਚ ਤੁਹਾਡਾ ਗੈਪ ਪਿਆ ਸੀ ਕਾਰਨ ਕੀ ਸੀ ਐਕਚੁਅਲੀ ਨਾ ਮੇਰੀ ਮੰਮਾ ਦੀ ਡੈਥ ਹੋ ਗਈ ਸੀ ਉਹਦੇ ਵਿੱਚ ਤਾਂ ਕਰਕੇ ਫਿਰ ਥੋੜਾ ਸ਼ੌਕਡ ਦੇ ਵਿੱਚ ਸੀਗੇ ਵੀ ਕਿਉਂਕਿ ਅਚਾਨਕ ਹੀ ਇਦਾਂ ਕੁਝ ਹੋ ਜਾ ਜੋ ਹੋ ਜਵੇ ਨਾ ਤਾਂ ਫਿਰ ਉਹ ਸਾਰਾ ਸਾਡਾ ਨਾ ਸਰਕਲ ਜੇ ਹਿੱਲ ਗਿਆ ਸੀਗਾ ਬਟ ਫਿਰ ਵੀ ਫਿਰ ਨਹੀਂ ਫਿਰ ਸਾਨੂੰ ਮਤਲਬ ਮੈਸੇजेस ਆਉਂਦੇ ਸੀ ਕਮੈਂਟ ਆਉਂਦੇ ਸੀ ਵੀ ਤੁਸੀਂ ਰੈਗੂਲਰ ਕਿਉਂ ਨਹੀਂ ਆ ਫਿਰ ਉਹੀ ਚੀਜ਼ਾਂ ਕਰਕੇ ਨਾ ਫਿਰ ਸਾਨੂੰ ਥੋੜਾ ਫਿਰ ਹੌਸਲਾ ਫਿਰ ਰੱਖਣਾ ਹੀ ਪਿਆ ਕਿ ਚੱਲ ਨਹੀਂ ਵੀ ਸਟਾਰਟਿੰਗ ਕਰਦੇ ਆ ਦੁਬਾਰ ਤੋਂ ਫਿਰ ਜੀ ਤੇ ਤਾਂ ਕਰਕੇ ਫੇ ਅਸੀਂ ਦੁਬਾਰਾ ਤੋਂ ਫੇ ਸਟਾਰਟ ਕੀਤਾ ਹੁਣ ਦੁਬਾਰਾ ਅੱਛਾ ਰੋਹਿਤ ਜੀ ਦੁਨੀਆ ਜੇ ਗੱਲ ਕੀਤੀ ਜਾਵੇ ਵਧੀਆ ਲੋਕ ਵੀ ਨੇ ਤੇ ਮਾੜੇ ਵੀ ਨੇ ਕਈ ਲੋਕਾਂ ਦੇ ਕਮੈਂਟਸ ਵੀ ਆਉਂਦੇ ਹੋਣੇ ਕਿ ਹਜੇ ਇੰਨੀ ਛੋਟੀ ਨੂੰ ਕਿਸ ਕੰਮ ਦੇ ਵਿੱਚ ਪਾਤਾ ਇਹਨੂੰ ਪੜਾ ਲਓ ਮਤਲਬ ਕਿਤੇ ਨੇ ਕਿਤੇ ਆਪਣੇ ਹੀ ਹੁੰਦੇ ਨੇ ਪਰ ਕਿਤੇ ਨੇ ਕਿਤੇ 네ਗੇਟਿਵ ਕਮੈਂਟਸ ਵੀ ਜਿਹੜੇ ਨੇ ਆਂਦੇ ਹੀ ਹੁੰਦੇ ਆ ਤੁਹਾਨੂੰ ਆਏ ਇਦਾਂ ਦੇ ਆਂਦੇ ਬਹੁਤ ਆਂਦੇ ਆ ਤਾਂ ਤੁਹਾਨੂੰ ਪਤਾ ਹੈ ਜਿੱਥੇ ਵਧੀਆ ਲੋਕ ਵੀ ਆ ਉੱਥੇ ਮਾੜੇ ਲੋਕ ਵੀ ਹੈਗੇ ਆ ਤੇ ਇਹੀ ਹੁੰਦਾ ਮੋਸਟਲੀ ਉਹਨਾਂ ਦਾ ਕਮੈਂਟ ਕੀ ਤੁਸੀਂ ਇਹਨੂੰ ਬਣਾਉਂਦੇ ਕਿਉਂ ਨਹੀਂ ਹੁਣ ਜੇ ਤਾਂ ਮੈਂ ਆਪ ਤੁਹਾਨੂੰ ਪਤਾ ਹੈ ਪੂਰੀ ਦਿਹਾੜੀ ਹੁੰਦੀ ਆ ਪੂਰੀ ਦਿਹਾੜੀ ਚ ਸਕੂਲ ਵੀ ਜਾਂਦੀ ਆ ਤੇ ਟਿਊਸ਼ਨ ਵੀ ਜਾਂਦੀ ਆ ਉਹਦੇ ਵਿੱਚੋਂ ਦੀ ਜੇ ਕੋਈ ਸਾਨੂੰ 10 10 15 ਮਿੰਟ ਲੱਗਦੇ ਵੀਡੀਓ ਬਣਾਉਣ ਨੂੰ ਅਸੀਂ ਉਹਦੇ ਵਿੱਚ ਹੀ ਬਸ ਚਾਰ ਪੰਜ ਵੀਡੀਓ ਬਣਾ ਕੇ ਪਰੇ ਹੋਈਦਾ ਵਾ ਫਿਰ ਇਹ ਆਪਣਾ ਟਿਊਸ਼ਨ ਦੇ ਚਲ ਜਾਂਦੀ ਆ ਉਸ ਤੋਂ ਬਾਅਦ ਮੈਂ ਆਪਣਾ ਕੰਮ ਕਰਦੇ ਜਾਂ ਘਰੇ ਚਲ ਜਾਂਦਾ ਵਾਂ ਬਸ ਇੰਨਾ ਕੁ ਟਾਈਮ ਲੱਗਦਾ ਵਾ ਬਟ ਇਹ ਆ ਕਿ ਹੁਣ ਜੇ ਮੈਂ ਬੜਾਈ ਵਾਲੇ ਵੀਡੀਓ ਬਣਾਉਂਗਾ ਉਹ ਲੋਕੀ ਇਹਨਾਂ ਦੇਖੂਗੇ ਨਹੀਂ ਨੋਰਮਲ ਆ ਬਸ ਕਿਉਂਕਿ ਥੋੜਾ ਲੋਕਾਂ ਨੂੰ ਨਾ ਕੰਟੈਂਟ ਵਧੀਆ ਚਾਹੀਦਾ ਹੁੰਦਾ ਕਿ ਹਾਂ ਵੀ ਅਸੀਂ ਕੋਮੇਡੀ ਹਾਂਜੀ ਕਿਉਂਕਿ ਤੁਹਾਨੂੰ ਪਤਾ ਦੁਨੀਆ ਜਹਾਨ ਤੇ ਕਿੰਨਾ ਕੁਝ ਹੁੰਦਾ ਆ ਤੇ ਥੋੜਾ ਲੋਕੀ ਦੇਖਦੇ ਕਾਦੇ ਵਾਸਤੇ ਆ ਇਹ ਚੀਜ਼ਾਂ ਐਂਟਰਟੇਨਮੈਂਟ ਵਾਸਤੇ ਉਹੀ ਚੀਜ਼ਾਂ ਸੀ ਇਹਨਾਂ ਨੂੰ ਦਿਖਾਣੇ ਆ ਬਟ ਕਈ ਲੋਕੀ ਫਿਰ ਵੀ ਉਹ ਨੈਗੇਟਿਵ ਸਾਨੂੰ ਕਰਨ ਦੇ ਲਈ ਸ਼ਾਇਦ ਤਾਂ ਕਰਕੇ ਇਦਾਂ ਦੇ ਕਮੈਂਟ ਕਰਦੇ ਬਟ ਅਸੀਂ ਧਿਆਨ ਨਹੀਂ ਲਈਦਾ ਇਹਨਾਂ ਕਿਉਂਕਿ ਹੁਣ ਦੇਖੋ ਟਾਈਮ ਹੁੰਦਾ ਹੀ ਆ ਸਾਰਿਆਂ ਕੋਲ ਇੰਨਾ ਕਦਾ ਟਾਈਮ ਹੁੰਦਾ ਐ ਅਸੀਂ ਇੰਨਾ ਕ ਕੱਢ ਲਈਦਾ ਟਾਈਮ ਕਿਆ ਬਾਤ ਐ ਅੱਛਾ ਅੱਜ ਇਦਾਂ ਲੱਗਦਾ ਜੇ ਮੰਮੀ ਹੁੰਦੀ ਤੇ ਨਵਿਆਂ ਨੂੰ ਇੰਨੀ ਵਧੀਆ ਓਪਰਚ्युनिटी ਮਿਲੀ ਹੋਈ ਐ ਵੱਡੀ ਵੀ ਹੋ ਰਹੀ ਨਾਲ ਦੇ ਨਾਲ ਸੁਪਨੇ ਵੀ ਬਹੁਤ ਵੱਡੇ ਨੇ ਇਹਨਾਂ ਦੇ ਤੇ ਅੱਜ ਦੇ ਦੀ ਨਾਨੀ ਹੁੰਦੀ ਤੁਹਾਡੀ ਮੰਮਾ ਹੁੰਦੀ ਤੇ ਉਹਨਾਂ ਨੂੰ ਬਹੁਤ ਵਧੀਆ ਫੀਲ ਹੁੰਦਾ ਅੱਜ ਕਿਤੇ ਨਾ ਕਿਤੇ ਯਾਦ ਤਾਂ ਆਂਦੀ ਹੋਣੀ ਯਾਦ ਤਾਂ ਆਂਦੀ ਐ ਸੇਖੀ ਬਹੁਤ ਆਂਦੀ ਐ ਯਾਦ ਹਾਂਜੀ ਬਾਕੀ ਕੋਈ ਨਹੀਂ ਅਸੀਂ ਹੈਗੇ ਸਾਰੇ ਹੈਗੇ ਉਹਦਾ ਦੀਦੀ ਮੇਰੇ ਜਿਹੜੇ ਨਵੋ ਦੇ ਮੰਮਾ ਆ ਉਹ ਵੀ ਮੇਰੇ ਮਤਲਬ ਮਾਂ ਵਾਂਗੂ ਹੀ ਮੇਰਾ ਖਿਆਲ ਰੱਖਦੇ ਆ ਮੈਨੂੰ ਫੀਲ ਨਹੀਂ ਹੋਣ ਦਿੰਦੇ ਨਾ ਬਟ ਕਿਤੇ ਨਾ ਕਿੱਦ ਹੁੰਦਾ ਆ ਬਟ ਚਲੋ ਕੋਈ ਗੱਲ ਨਹੀਂ ਬਟ ਨਾ ਨਹੀਂ ਹੈਗਾ ਬਟ ਕੋਈ ਨਹੀਂ ਕਿਤੇ ਨਾ ਕਿਤੇ ਕਹਿੰਦੇ ਆ ਨਾ ਕਿ ਜਿਹੜੀ ਵੱਡੀ ਭੈਣ ਹੁੰਦੀ ਆ ਬਿਲਕੁਲ ਮਾਂ ਵਰਗੀ ਹੁੰਦੀ ਆ ਜਿਹੜੇ ਵੱਡੇ ਭਰਾ ਹੁੰਦੇ ਨੇ ਪਿਓ ਵਰਗੇ ਹੁੰਦੇ ਆ ਹਾਂਜੀ ਬਚਪਨ ਤੋਂ ਮੈਨੂੰ ਦੀ ਨਹੀਂ ਪਾਲਿਆ ਮੇਰਾ ਨਾਮ ਵੀ ਉਹਨਾਂ ਨੇ ਨਹੀਂ ਰੱਖਿਆ ਸੀਗਾ ਹਾਂਜੀ ਉਹ ਨ ਨਹੀਂ ਪਰਲਮਨ ਯਾਰ ਇਹਨਾਂ ਦੇ ਨਾਲ ਜ਼ਿਆਦਾ ਹੀ ਹੈ ਹੈਨਾ ਹਾਂਜੀ ਮੇਰਾ ਮੇਰੀ ਦੀ ਨਾਲ ਜ਼ਿਆਦਾ ਪਿਆਰ ਹੈ ਅੱਛਾ ਤੁਹਾਨੂੰ ਕੋਈ ਓਪਰਚ्युनिटी ਵਗੈਰਾ ਮਿਲੀ ਹੈ ਤੁਸੀਂ ਇੰਨੇ ਫੇਮਸ ਹੋ ਐਕਟਿੰਗ ਵੀ ਬਹੁਤ ਵਧੀਆ ਕਰਦੇ ਹੋ ਤੁਹਾਨੂੰ ਕੋਈ ਓਪਰਚ्युनिटी ਮਿਲੀ ਹੋਵੇ ਜਾਂ ਕਿਸੇ ਕਲਾਕਾਰ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਹੋਵੇ ਜਾਂ ਨਵਿਆਂ ਨੂੰ ਆਪਣੇ ਕੋਲ ਬੁਲਾਇਆ ਹਾਂਜੀ ਅਸੀਂ ਐਕਚੁਅਲੀ ਜਦੋਂ ਸਾਡੀ ਵੀਡੀਓਜ਼ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਸੀ ਨਾ ਤੇ ਅਸੀਂ ਕੀ ਨਾਂ ਲੈਂਦੇ ਫਿਲਮ ਆਈ ਸੀ ਕਿ ਮੁੰਡਾਈ ਚਾਹੀਦਾ ਹੈ ਹਨਾ ਨਾ ਵੇ ਮੁੰਡਾਈ ਚਾਹੀਦਾ ਫਿਲਮ ਆਈ ਸੀਗੀ ਤੇ ਇੱਕ ਸੀਗਾ ਆਸਟ੍ਰੇਲੀਆ ਤੋਂ ਸਾਡੇ ਮਤਲਬ ਦੀਵੀ ਬਣੇ ਸੀਗੇ ਤੇ ਕਿ ਨਾਂ ਲੈਂਦੇ ਉਹ ਉੱਥੇ ਰੇਡੀਓ 'ਚ ਕੰਮ ਕਰਦੇ ਸੀਗੇ ਤੇ ਉਹਨਾਂ ਨੇ ਸਾਡੀ ਵੀਡੀਓਜ਼ ਦੇਖਿਆ ਸੀ ਫਿਰ ਉਹਨਾਂ ਦਾ ਜਿਹੜਾ ਕੰਟੈਕਟ ਸੀ ਨਾ ਇੱਧਰ ਸੀਗਾ ਸਾਰਾ ਜੀ ਕਿਉਂਕਿ ਉਹ ਇੰਡੀਆ ਦੇ ਹੀ ਸੀਗੇ ਤਾਂ ਫਿਰ ਉੱਧਰ ਲਾ ਇੰਡੀਆ ਦੇ ਲੋਕਾਂ ਲਈ ਤਾਂ ਬਣਾਇਆ ਹੋਇਆ ਸੀ ਤੇ ਫਿਰ ਉਹਨਾਂ ਨੇ ਜਿਹੜੇ ਉਹਨਾਂ ਦੇ ਕੰਟੈਕਟ ਸੀ ਨਾ ਇੰਡੀਆ ਦੇ ਵਿੱਚ ਜਿਹੜੇ ਤੇ ਉਹ ਫਿਰ ਉਹਨਾਂ ਨੇ ਅੱਗੇ ਨੰਬਰ ਦਿੱਤਾ ਸੀ ਉਹ ਕਹਿੰਦੇ ਕਿ ਵੀ ਆ ਕੁੜੀ ਵਧੀਆ ਕਰਦੀ ਐਕਟਿੰਗ ਤੇ ਉਹਨਾਂ ਨੇ ਸਾਡੀ ਵੀਡੀਓਜ਼ ਉਹਨਾਂ ਨੂੰ ਸ਼ੇਅਰ ਕੀਤੀ ਸੀ ਫਿਰ ਤਾਂ ਸਾਨੂੰ ਉਹਨਾਂ ਨੇ ਉੱਥੇ ਬੁਲਾਇਆ ਸੀਗਾ ਚੰਡੀਗੜ੍ਹ ਅਸੀਂ ਉਹਨਾਂ ਨਾਲ ਬੈ ਕੇ ਮੂਵੀ ਵੀ ਦੇਖੀ ਸੀ ਫਿਰ ਉਹਨਾਂ ਨੇ ਵੀਡੀਓਜ਼ ਵੀ ਬਣਾਈਆਂ ਸੀਗੀਆਂ ਹਾਂ ਤੇ ਨਵਿਆ ਨੇ ਗਾਣੇ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ ਨਾ ਨਵਿਆ ਹਾਂਜੀ ਕੀ ਕੀ ਕਿਹੜੇ ਕਿਰਦਾਰ ਨੇ ਪਾਇਆ ਸੀ ਤੁਸੀਂ ਕੀ ਕੀ ਦੀ ਐਕਟਿੰਗ ਕੀਤੀ ਸੀ ਮੈਂ ਸਾਰੇ ਦੀ ਸਾਰੇ ਦੀ ਐਕਟਿੰਗ ਕਰ ਲੈਂਦੀ ਹਾਂ ਅੱਛਾ ਤੇਰੇ ਡਰਾਮਾ ਕਵੀਨ ਹੋ ਗਏ ਤੁਹਾਨੂੰ ਡਰਾਮੇ ਕਰਨੇ ਵਧੀਆ ਲੱਗਦੇ ਨਹੀਂ ਉਹ ਕਰਦੀ ਆ ਡਰਾਮੇ ਬਹੁਤ ਹੈ ਉਹ ਕਰਦੀ ਆ ਬਿਲਕੁਲ ਗੀ ਹੁਣ ਤੁਹਾਡੀ ਪਿਊਡ ਬੋਲਦੀ ਸੀ ਨਾ ਨਹੀਂ ਇਹ ਤਾਂ ਨਹੀਂ ਉਹ ਕਰਦੀ ਆ ਡਰਾਮੇ اچھا ਕਿਉਂਕਿ ਮੈਂ ਡਰਾਮੇ ਮੇਰੇ ਬਣਦੇ ਵੀ ਆ ਕਿਰਕਾ ਮੈਂ ਇੰਨੀ ਵਧੀਆ ਐਕਟਿੰਗ ਕਰਦੀ ਆ ਇੰਨੀ ਫੇਮਸ ਆ ਹੈ ਨਾ ਮੰਨਨੇ ਪੈਂਦੇ ਆ ਅੱਛਾ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਆ ਕਿਹੜੀ ਚੀਜ਼ ਵਧੀਆ ਲੱਗਦੀ ਆ ਖਾਣ ਦੇ ਵਿੱਚ ਕਿਹੜੀ ਚੀਜ਼ ਵਧੀਆ ਲੱਗਦੀ ਆ ਪੀਜ਼ਾ ਪੀਜ਼ਾ अच्छा कधी ਤੁਸੀਂ ਪੀਜ਼ਾ ਪਾਰਟੀ ਕੀਤੀ ਆਪਣੇ ਫਰੈਂਡਸ ਨਾਲ ਮਾਮੂਣਾ ਨਹੀਂ ਫਰੈਂਡਸ ਨਾਲ ਨਹੀਂ ਕੀਤੀ ਮਾਮੂਣਾ ਕੀਤੀ আচ্ছা ਫਰੈਂਡਸ ਨਾਲ ਕਿਉਂ ਨਹੀਂ ਕੀਤੀ ਉਹ ਕਹਿੰਦੇ ਨਹੀਂ ਵੀ ਸਾਨੂੰ ਪਾਰਟੀ ਦੇ ਦੇ ਤੂੰ ਇੰਨੀ ਫੇਮਸ ਹੋਗੀ ਨਹੀਂ ਕਿਉਂ ਵੈਸੇ ਵੈਸੇ ओके ਤੇ ਸਰ ਅੱਗੇ ਕੀ ਸੋਚੇ ਨਵੇਂ ਵੱਡੀ ਵੀ ਵੀ ਹੋ ਰਹੀ ਏ ਤੇ ਹੁਣ ਜੇ ਗੱਲ ਕੀਤੀ ਜਾਵੇ ਐਕਟਿੰਗ ਦੀ ਐਕਟਿੰਗ ਵੀ ਨਾਲ ਦੀ ਨਾਲ ਚੱਲੂਗੀ ਹੁਣ ਕਿੰਨੇ ਕ ਹੁਣ ਤੁਸੀਂ ਅੱਗੇ ਜਾ ਕੇ ਸਾਨੂੰ ਕਿਹੜੀ ਬਲੌਕਬਾਸਟਰ ਚੀਜ਼ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੋਗੇ ਕੀ ਅੱਗੇ ਜਾ ਕੇ ਕਰਾਂਗੇ ਫਿਲਹਾਲ ਤਾਂ ਥੋੜਾ ਇੱਦੀ ਚੱਲੇਗਾ ਕਿਉਂਕਿ ਨਵੇਂ ਥੋੜੀ ਹੋਰ ਵੱਡੀ ਹੋ ਜAVE ਤੇ ਨਾਲ ਨਾਲ ਸਟੱਡੀ ਵੀ ਤੁਹਾਨੂੰ ਬਤਾ ਕਰਵਾ ਰਹੀ ਪਿਆ ਸੀ ਤੇ ਫਿਲਹਾਲ ਜਿੱਦਾਂ ਚੱਲਦਾ ਉਹਦੀ ਚੱਲ ਚੱਲੂਗਾ ਜੀ ਬਟ ਜੇ ਵਿੱਚ ਹੋਰ ਓਪਰਚ्युनिटीज ਆ ਗਈ ਅਸੀਂ ਮਤਲਬ ਕੋਈ ਚੀਜ਼ ਛੱਡਣੀ ਨਹੀਂ ਹੈਗੀ ਜੀ ਜਿੱਦਰ ਨੂੰ ਜਾਵਾਂਗੇ ਮਤਲਬ ਜਿੱਦਰ ਦੀ ਓਪਰਚ्युनिटी ਮਿਲੇਗੀ ਅਸੀਂ ਉਧਰ ਨੂੰ ਹੀ ਜਾਵਾਂਗੇ ਹਾਂਜੀ ਅੱਜ 90 ਜੱਦ ਜਾਂਦੇ ਕੁਝ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਕੋਈ ਪੋਇਮ ਵਗੈਰਾ ਜਾਂ ਫਿਰ ਕੋਈ ਮੈਸੇਜ ਦੇਣਾ ਚਾਹੋਗੇ ਥੈਂਕ ਯੂ ਸਾਨੂੰ ਇੰਨਾ ਸਪੋਰਟ ਕਰਨ ਲਈ ਦਾ ਓਕੇ ਹੋਰ ਕੀ ਕਹੋਗੇ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਫੇਵਰਟ ਕੁਝ ਨਹੀਂ ਕਹਿਣਾ ਨਹੀਂ ਸੋ ਕੀ ਮੈਸੇਜ ਦੇਣਾ ਚਾਹੁੰਗੇ ਜਨ ਬਸ ਮੈਸੇਜ ਆਈ ਹੈ ਕਿ ਜੇ ਕਿਸੇ ਨੂੰ ਆਪਾ ਮੋਟੀਵੇਟ ਨਹੀਂ ਕਰ ਸਕਦੇ ਤਾਂ ਡੀਮੋਟੀਵੇਟ ਵੀ ਨਹੀਂ ਸਾਨੂੰ ਕਿਸੇ ਨੂੰ ਕਰਨਾ ਚਾਹੀਦਾ ਕਿ ਚਲੋ ਠੀਕ ਆ ਤੁਹਾਨੂੰ ਜੇ ਅਗਰ ਸਾਡੀਆਂ ਵੀਡੀਓਜ਼ ਨਹੀਂ ਪਸੰਦ ਆਉਂਦੀਆਂ ਤੇ ਨਾ ਦੇਖੋ ਕੋਈ ਦਿੱਕਤ ਨਹੀਂ ਹੈਗੀ ਆ ਜੇ ਡੀਮੋਟੀਵੇਟ ਕੀਤਾ ਕਿਸੇ ਨੇ ਬਹੁਤ ਜ਼ਿਆਦਾ ਡੀਮੋਟੀਵੇਟ ਕੀਤਾ ਹੋਵੇ ਤੇ ਮੰਨ ਹੀ ਨਹੀਂ ਕਿਤਾ ਹੋੜਾ ਕਿ ਹੁਣ ਨਾ ਤਾਂ ਵੀਡੀਓ ਬਣਾਣੀ ਆ ਹੀ ਨਹੀਂ ਕਿਉਂਕਿ ਬੰਦਾ ਆਪਣੇ ਤਾਂ ਚੱਲ ਲੈਂਦਾ ਪਰ ਇੱਕ ਛੋਟੀ ਜੀ ਬੱਚੀ ਆ ਉਹਨੂੰ ਲੈ ਕੇ ਲੋਕੀ ਟਾਰਗੇਟ ਕਰਦੇ ਨੇ ਉਹਨੂੰ ਡੀਮੋਟੀਵੇਟ ਕਰਦੇ ਨੇ ਗਲਤ ਕਮੈਂਟ ਕਰਦੇ ਨੇ ਉਦੋਂ ਹੁੰਦਾ ਥੋੜਾ ਹੁੰਦਾ ਆ ਥੋੜਾ ਜਿਹਾ ਫਿਰ ਕਈ ਨਾ ਜਿੱਦਾਂ ਹੁਣ ਕਈ ਲੋਕੀ ਕਈਆਂ ਦਾ ਸੁਭਾਅ ਹੁੰਦਾ ਕਿ ਘਰੋਂ ਵੀ ਖਿਜੇ ਰਹਿੰਦੇ ਆ ਉਹ ਫਿਰ ਜਦੋਂ ਕੁਝ ਦੇਖਦੇ ਇਦਾਂ ਦਾ ਉਹਨਾਂ ਨੂੰ ਲੱਗਦਾ ਕਿ ਹਾਂ ਵੀ ਅਸੀਂ ਅਸੀਂ ਵੀ ਨਹੀਂ ਵੀ ਇਹਨਾਂ ਨੂੰ ਵੀ ਬੋਲਦੀਏ ਕੁਝ ਵੀ ਆ ਹਨਾ ਉਹ ਫਿਰ ਕਰ ਦਿੰਦੇ ਇਦਾਂ ਦੇ ਕਮੈਂਟ ਫਿਰ ਥੋੜਾ ਫੀਲ ਹੁੰਦਾ ਕਿ ਯਾਰ ਪਤਾ ਨਹੀਂ ਸ਼ਾਇਦ ਅਸੀਂ ਕੋਈ ਗਲਤੀ ਕਰਦੇ ਵੇ ਆ ਬਟ ਫਿਰ ਨਹੀਂ ਉਹ ਮੈਂ ਨਾ ਕਮੈਂਟ ਲੀਡ ਕਰ ਦਿੰਦਾ ਹੁੰਨਾ ਵਾ ਤਾਂ ਕਿ ਅਸੀਂ ਉਹ ਨਾ ਹੋਈਏ ਡੀਮੋਟੀਵੇਟ ਨਾ ਹੋਈਏ ਜੀ ਇਸੇ ਕਿ ਨੂੰ ਫੋਲੋ ਕਰਦੇ ਹੂ ਸੀ ਕਿ ਇਹ ਸੋਚਿਆ ਕਿ ਹਾਂ ਉਹਦੇ ਵਰਗਾ ਕਰਨਾ ਹੈ ਆਏ ਉਹਦੇ ਵਰਗਾ ਬਣਨਾ ਹੈ ਫਿਲਹਾਲ ਤੱਕ ਕਿਸੇ ਨੂੰ ਮਤਲਬ ਇੰਨਾ ਖਾਸ ਕੋਈ ਫੋਲੋ ਨਹੀਂ ਕਰੀਦਾ ਆਪਾਂ ਬਸ ਇਹ ਸੀਗਾ ਕਿ ਜਿੱਦਾਂ ਚੱਲਦਾ ਬਸ ਚੱਲੀ ਜਾਵੇ ਸੋ ਜਿਵੇਂ ਕਿ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਵੀਡੀਓ ਦੀ ਵੀਡੀਓ ਤੁਸੀਂ ਇਹਨਾਂ ਦੀ ਦੇਖਦੇ ਹੀ ਹੋਵੋਗੇ ਤੇ ਬਹੁਤ ਸੋਹਣੀ ਕੁੜੀ ਜਿਹੜੀ ਹੈ ਕਿਰਦਾਰ ਕਰਦੀ ਹੈ ਇੰਨੀ ਛੋਟੀ ਦੀ ਉਮਰ ਦੇ ਵਿੱਚ ਇੰਨੀ ਸੋਹਣੀ-ਸੋਹਣੀ ਐਕਟਿੰਗ ਕਰਦੀ ਹੈ ਤੇ ਇਸ ਦੇ ਨਾਲ ਹੀ ਲੋਕਾਂ ਵੱਲੋਂ ਜਿਹੜੇ ਗਲਤ ਕਮੈਂਟ ਕੀਤੇ ਜਾਂਦੇ ਆ ਪਰ ਇਹਨਾਂ ਦਾ ਕਹਿਣਾ ਇਹੀ ਹੈ ਕਿ ਅਸੀਂ ਆਪਣੀ ਕੁੜੀ ਨੂੰ ਪੜ੍ਹਾਉਂਦੇ ਵੀ ਹੈ ਤੇ ਨਾਲ ਦੀ ਨਾਲ ਜਿਹੜੇ ਇਹਦੇ ਸ਼ੌਂਕ ਆ ਐਕਟਿੰਗ ਕਰਨ ਦਾ ਕਿਉਂਕਿ ਕੁੜੀ ਨੂੰ ਆਪਣੇ ਆਪ ਹੀ ਸ਼ੌਕ ਪਿਆ ਐਕਟਿੰਗ ਕਰਨ ਦਾ ਇਹਨਾਂ ਵੱਲੋਂ ਕੋਈ ਵੀ ਮਜਬੂਰੀ ਨਹੀਂ ਕੀਤਾ ਗਿਆ ਨਾ ਹੀ ਇਹਨਾਂ ਵੱਲੋਂ ਕੋਈ ਫੋਰਸ ਕੀਤਾ ਜਾਂਦਾ ਆ ਤੇ ਕੁੜੀ ਨੇ ਬਹੁਤ ਵਧੀਆ-ਵਧੀਆ ਫਿਲਮਾਂ ਦੇ गाने ਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਇਹਨਾਂ ਦੀ ਸਟੋਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨ ਮੈਂ ਨਿਹਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ